ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਸ਼ਾਅ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾ ਸਵਰਨ ਸਿੰਘ ਟੈਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ حاضر ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਪੂਰੇ ਪੰਜਾਬ ਦੇ ਵਿੱਚ ਅੱਜ ਮੌਸਮ ਗਰਮ ਰਿਹਾ ਗਰਮੀ ਤਿੱਖੀ ਸੀ ਧੁੱਪ ਤਿੱਖੀ ਸੀ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਕਿਤੇ ਬੱਦਲ ਵਾਜ ਦੀ ਸੰਭਾਵਨਾ ਨਹੀਂ ਕਿਤੇ ਮੀਂਹ ਕਣੀ ਦੀ ਇਸ ਵਕਤ ਆਸ ਨਹੀਂ ਹੈਗੀ ਤੇ ਜੇਕਰ 24 ਘੰਟੇ ਦੇ ਵਿੱਚ ਵੀ ਮੌਸਮ ਗਰਮ ਰਹਿੰਦਾ ਤੇ ਉਹ ਵੀ ਅੱਜ ਵਾਂਗ ਤੇ ਪਿਛਲੇ ਕਈ ਦਿਨਾਂ ਦੇ ਵਾਂਗ ਤਾਂ ਔਖਾ ਇਸ ਵਕਤ ਮੌਸਮ ਕਾਫੀ ਤੱਤਾ ਤੇ ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਬਾਰੇ ਜਾਣੇ ਆ ਤਾਂ ਉਹ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਸੰਘਰਸ਼ ਨਾਲ ਜੁੜੀ ਹੋਈ ਹੈ ਜਦੋਂ ਕੇਂਦਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਖਾਸ ਕਰਕੇ ਲੋਕ ਸਭਾ ਦੇ ਵਿੱਚ ਬਿੱਲ ਆਉਣ ਹੀ ਵਾਲਾ ਸੀਗਾ ਉਸ ਵਕਤ ਪੰਜਾਬ ਦੀ ਕਿਸਾਨੀ ਸੜਕਾਂ ਦੇ ਉੱਤੇ ਆ ਗਈ ਰੀਅਲ ਗੱਡੀਆਂ ਰੋਕਣ ਦਾ ਪ੍ਰਬੰਧ ਉਸ ਵਕਤ ਤੋਂ ਸ਼ੁਰੂ ਕਰ ਦਿੱਤਾ ਗਿਆ ਨਾਲ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਥ ਨਾਲ ਆੜਤੀਆ ਯੂਨੀਅਨਾਂ ਨਾਲ ਮਿਲੀਆਂ ਦੋਦੀ ਯੂਨੀਅਨਾਂ ਨਾਲ ਮਿਲੀਆਂ ਹੋਰ ਬਹੁਤ ਸਾਰੀਆਂ ਗਾਂ ਮੁਲਾਦਮ ਜਥੇਬੰਦੀਆਂ ਮਿਲੀਆਂ ਪਟਵਾਰ ਯੂਨੀਅਨਾਂ ਵੀ ਮਿਲ ਗਈਆਂ ਪਰ ਇਉਂ ਲੱਗਦਾ ਸੀਗਾ ਕਿ ਜਿਸ ਤਰੀਕੇ ਨਾਲ ਲੰਮਾ ਸੰਘਰਸ਼ ਜਾ ਰਿਹਾ ਇਹਦੇ ਵਿੱਚ ਕੁਸਪੈਠ ਹੋਣੀ ਆ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਹਫ਼ਤੇ ਬਾਅਦ ਤੇ ਦੁੱਖ ਦੀ ਗੱਲ ਇਹ ਹੈ ਭਰੇ ਮੰਨ ਦੇ ਨਾਲ ਅੱਜ ਕਹਿਣੀ ਪੈ ਰਹੀ ਕਿ ਇਸ ਅਧੋਰਣ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਕੁਸਪੈਠ ਕਰ ਲਈ ਆ ਜਦੋਂ ਬਰਗਾੜੀ ਵਾਲਾ ਮੋਰਚਾ ਸਿਖਰ ਨੇ ਉੱਤੇ ਪਹੁੰਚ ਗਿਆ ਸੀ ਨਾਲ ਦੀ ਨਾਲ ਉਹਦੇ ਵਿੱਚ ਕੁਝ ਕੁ ਲੋਕ ਕਿਹੋ ਜਿਹੇ ਵੜੇ ਜਾਂ ਵੜੇ ਗਏ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਬਰਗਾੜੀ ਵਾਲਾ ਮੋਰਚਾ ਗਿਆ ਕਿਹੜੇ ਪਾਸੇ ਨੂੰ ਆ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿੰਨੀਆਂ ਮਰਜ਼ੀ ਖੋਜਾਂ ਕਰ ਲੋ ਬਾਅਦ ਦੇ ਵਿੱਚੋਂ ਨਿਕਲਦਾ ਕੁਝ ਨਹੀਂਗਾ ਬਿਲਕੁਲ ਉਸੇ ਤਰੀਕੇ ਨਾਲ ਕਿਸਾਨ ਮੋਰਚੇ ਦੇ ਵਿੱਚ ਵੀ ਹੋਇਆ ਹੁਣ ਜਦੋਂ ਕੇਂਦਰ ਦੇ ਵੱਲੋਂ ਤਾਂ ਵਧੇਗੀ ਕਰ ਦਿੱਤੀ ਗਈ ਹੈ ਰਾਸ਼ਟਰਪਤੀ ਦੇ ਵੱਲੋਂ ਮੋਹਰ ਲਾ ਦਿੱਤੀ ਗਈ ਹੈ ਇਹ ਬਿੱਲ ਜਿਹੜੇ ਇੱਕ ਕਾਨੂੰਨ ਦੇ ਰੂਪ ਦੇ ਵਿੱਚ ਬਣ ਚੁੱਕੇ ਆ ਉਸ ਤੋਂ ਬਾਅਦ ਹੁਣ ਇੱਕ ਤਾਂ ਸੂਬੇ ਦੀ ਸਰਕਾਰ ਦਾ ਕੰਮ ਹੈ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇ ਅੱਜ ਸੋਨੀਆ ਗਾਂਧੀ ਨੇ ਇਹ ਗੱਲ ਕਹੀ ਵੀ ਹੈ ਵੀ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਉਹਨਾਂ ਸੂਬਿਆਂ ਦੇ ਵਿੱਚ ਇਹ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਧਰਨੇ ਪ੍ਰਦਰਸ਼ਨਾਂ ਦਾ سلسلہ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਸ਼ੁਰੂ ਕੀਤਾ ਇਹਨਾਂ ਨੂੰ ਕੀ ਮਿਲਿਆ ਹੁਣ ਇਹ ਮੋੜ ਘਟ ਗਏ ਅਸਲ ਦੇ ਵਿੱਚ ਧਰਨੇ ਇਹ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਹੋਣ ਦੀ ਥਾਂ ਦੇ ਉੱਤੇ ਅਕਾਲੀਆਂ ਦੇ ਤੇ ਕਾਂਗਰਸਾਂ ਦੇ ਬਣ ਕੇ ਰਹਿ ਗਏ ਆ ਤੁਸੀਂ ਕਿਸੇ ਵੀ ਪਾਸੇ ਵੱਲ ਧਰਨੇ ਵੱਲ ਨਿਗਾਹ ਮਾਰੋ ਤੁਹਾਨੂੰ ਇਉਂ ਦੱਸੂਗਾ ਵੀ ਝੰਡੀਆਂ ਇੰਨੀਆਂ ਅਕਾਲੀਆਂ ਦੀਆਂ ਉੱਥੇ ਅਕਾਲੀ ਦਰ ਜਿੰਦਾਬਾਦ ਹੋਈ ਜਾਂਦੀ ਹੈ ਤੁਸੀਂ ਕਿਸੇ ਹੋਰ ਪਾਸੇ ਨਿਗਾਹ ਮਾਰੋ ਉੱਥੇ ਕਾਂਗਰਸ ਜਿੰਦਾਬਾਦ ਹੋਈ ਜਾਂਦੀ ਹੈ ਸਵਾਲਾਣਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕਿੱਥੋਂ ਅਧੂਲਨ ਸ਼ੁਰੂ ਹੋਇਆ ਕਿਹੜੀ ਗੱਲ ਕਰਕੇ ਸ਼ੁਰੂ ਹੋਇਆ ਤੇ ਕਿਹੜੇ ਪਾਸੇ ਨੂੰ ਤੁਰ ਗਿਆ ਕੱਲ ਕਿਉਂਕਿ ਸ਼ਹੀਦ ਭਗਤ ਸਿੰਘ ਜੀ ਦਾ 113ਵਾਂ ਜਨਮ ਦਿਹਾੜਾ ਸੀ ਤੇ ਖੜਕੜ ਕਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚੇ ਨਾਲ ਹਰੀਸ਼ ਸ਼ਰਾਵਤ ਹੋਰੀ ਵੀ ਸੀ ਉਹਨਾਂ ਨੇ ਇੱਥੇ ਧਰਨਾ ਪ੍ਰਦਰਸ਼ਨ ਦਿੱਤਾ ਉਹਨਾਂ ਨੇ ਧਰਨਾ ਦੇ ਕੇ ਇਹ ਗੱਲ ਕਹੀ ਹੈ ਕਿ ਸਾਡੇ ਪੰਜਾਬੀਆਂ ਦੀ ਅਣਖ ਨੂੰ ਗੈਰਤ ਨੂੰ ਬਹਾਦਰੀ ਨੂੰ ਲਲਕਾਰਿਆ ਗਿਆ ਉਹਨਾਂ ਨੇ ਕਿਹਾ ਜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਵਧਿੱਕੀ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਸਾਰਾ ਕੁਝ ਬਰਦਾਸ਼ਤਯੋਗ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੇ ਅਜ ਧੂਰੀ ਦੇ ਵਿੱਚ ਵੜਕ ਮਾਰੀ ਹੈ ਉਹਨਾਂ ਨੇ ਕਿਹਾ ਜੀ ਕਿ ਸਾਡੀ ਪੱਗ ਨੂੰ ਹੱਥ ਪਾ ਲਿਆ ਗਿਆ ਅਕਾਲੀ ਦਲ ਦੇ ਵੱਲੋਂ ਵੀ ਅੱਜ ਇਹ ਗੱਲ ਕਹੀ ਹੈ ਕਿ ਅਸੀਂ ਸ਼ਹੀਦਾਂ ਦੇ ਸੁਪਣਿਆਂ ਦਾ ਸਮਾਜ ਸਿਰਜਣਾ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ 2022 ਦੇ ਵਿੱਚ ਸਾਨੂੰ ਇੱਕ ਵਾਰ ਜਿਤਾ ਦਿਓ ਅਸੀਂ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ ਮਤਲਬ ਇਹ ਐ ਕਹਿਣ ਦਾ ਕਿ ਸਿਆਸੀ ਪਾਰਟੀ ਕੋਈ ਵੀ ਹੋਵੇ ਨਿਸ਼ਾਨਾ ਸਿਰਫ 2022 ਹੈ ਮੋਢਾ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਨਿਸ਼ਾਨਾ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲਾਉਣਾ ਤੇ ਗੱਲ ਕੇਂਦਰ ਲਈ ਕਰਨੀ ਆ ਤੇ ਸੱਤਾ ਦੇ ਉੱਤੇ ਪੰਜਾਬ ਦੇ ਵਿੱਚ ਕਬਜ਼ਾ ਕਰਨਾ ਤੇ ਕਿਸਾਨ ਤੇ ਖੇਤ ਮਜ਼ਦੂਰ ਵਿਚਾਰੇ ਬਿਟ ਬਿਟ ਤੱਕਦੇ ਰਹਿ ਜਾਣਗੇ ਮੈਂ ਕਿਹਨ ਅੱਗੇ ਵੀ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਖੇਤ ਯੂਨੀਅਨਾਂ ਬਹੁਤ ਆ ਪੰਜਾਬ ਦੇ ਵਿੱਚ ਕਿਸਾਨ ਯੂਨੀਅਨਾਂ ਬਹੁਤ ਆ ਇਹਨਾਂ ਯੂਨੀਅਨਾਂ ਦੇ ਵਿੱਚ ਜੇਕਰ ਏਕਾ ਹੁੰਦਾ ਤਾਂ 31 ਨਹੀਂ ਸੀ ਬਣਗੀਆਂ ਇਹਨਾਂ ਦੇ ਵਿੱਚ ਵਖਰੇਵੇਂ ਬਹੁਤਾ ਇਸ ਕਰਕੇ 31 ਬਣਗੀਆਂ 30 ਬਣਗੀਆਂ ਪਰ ਚਲੋ ਅਸੀਂ ਇਸ ਗੱਲ ਦੇ ਉੱਤੇ ਵੀ ਤਸੱਲੀ ਦਾ ਇਜ਼ਹਾਰ ਕੀਤਾ ਕਿ ਚਲੋ ਕਠੀਆਂ ਤਾਂ ਹੋਈਆਂ ਕਿਸੇ ਮਸਲੇ ਦੇ ਉੱਤੇ ਪਰ ਇਹ ਪਤਾ ਲੱਗਾ ਜੀ ਕਿ ਅਧੀਆਂ ਕਿਤਾ ਇੱਕ ਧਿਰ ਦੇ ਨਾਲ ਜੁੜੀਆਂ ਅੰਦਰ ਖਾਤੇ ਕੁਝ ਕਿ ਦੂਜੀ ਧਿਰ ਨਾਲ ਜੁੜੀਆਂ ਸੋ ਇਸ ਕਰਕੇ ਕਿਸਾਨ ਫੇਰ ਵਰਤੇ ਗਏ ਆ ਅੱਜ ਨਹੀਂ ਤਾਂ ਹੋਰ ਚਾਰ ਦਿਨਾਂ ਤੱਕ ਇਸ ਗੱਲ ਨੇ ਪ੍ਰਤੱਖ ਹੋ ਜਾਣਾ ਵੀ ਕਿਸਾਨ ਕਿਵੇਂ ਵਰਤੇ ਗਏ ਆ ਪਹਿਲਾਂ ਜਿਹੜੀਆਂ ਪ੍ਰਮੁੱਖ ਖਬਰਾਂ ਦੋ ਤਿੰਨ ਆਈਆਂ ਉਹਨਾਂ ਦਾ ਵੇਰਵਾ ਸਾਂਝਾ ਕਰਦੇ ਆ ਤੇ ਬਾਅਦ ਵਿੱਚ ਕਰਾਂਗੇ ਟਪੜੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਮਗਰੋਂ ਹੁਣ ਤਿੰਨ ਖੇਤੀਬਾੜੀ ਬਿੱਲ ਕਾਨੂੰਨ ਬਣ ਗਏ ਨੇ ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੜਕੜਕਲਾ ਵਿਖੇ ਖੇਤੀਬਾੜੀ ਕਾਨੂੰਨ ਵਿਰੁੱਧ ਰੋਸ ਦਰਦੇ ਦੇ ਉੱਤੇ ਬੈਠੇ ਕੈਪਟਨ ਨੇ ਰਾਸ਼ਟਰਪਤੀ ਵੱਲੋਂ ਖੇਤੀਬਾੜੀ ਬਿੱਲਾਂ ਦੀ ਮਨਜ਼ੂਰੀ ਨੂੰ ਮੰਦਭਾਗਾ ਤੇ ਨਿਰਾਸ਼ਾਜਨਕ ਕਿਹਾ ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਸੰਸਦ ਦੇ ਵਿੱਚ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਰਾਸ਼ਟਰਪਤੀ ਦੀ ਮਨਜ਼ੂਰੀ ਉਹਨਾਂ ਕਿਸਾਨਾਂ ਵਾਸਤੇ ਇੱਕ ਝਟਕਾ ਹੈ ਜੋ ਸੜਕਾਂ ਦੇ ਉੱਤੇ ਕੇਂਦਰ ਦੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਇਨ੍ਹਾਂ ਖਤਰਨਾਕ ਕਾਨੂੰਨਾਂ ਨੂੰ ਮੌਜੂਦਾ ਹਾਲਾਤ ਦੇ ਵਿੱਚ ਲਾਗੂ ਕਰਨਾ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੇ ਬਰਾਬਰ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇਕਰ ਇਸੇ ਤਰੀਕੇ ਦਾ ਸਿਲਸਿਲਾ ਜਾਰੀ ਰਿਹਾ ਤਾਂ ਪੰਜਾਬ ਦੀ ਕਿਸਾਨੀ ਨੂੰ ਤੇ ਦੇਸ਼ ਦੀ ਸਾਰਿਆਂ ਨੂੰ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਤੇ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਦੂਜੇ ਪਾਸੇ ਅੱਜ ਹਰੀਸ਼ रावत ਜਿਨ੍ਹਾਂ ਨੇ ਕਿ ਪੰਜਾਬ ਦੀ ਇੰਚਾਰਗੀ ਸੰਭਾਲਣ ਤੋਂ ਬਾਅਦ ਖੜਕੜ ਕਲਾ ਦੇ ਵਿੱਚ ਅੱਜ ਧਰਨੇ ਦੇ ਵਿੱਚ ਹਿੱਸਾ ਲਿਆ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਸੰਭਾਵਨਾਵਾਂ ਭਰਪੂਰ ਨੇ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸਰਗਰਮੀ ਦੇ ਨਾਲ ਕੰਮ ਲਿਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ 2024 ਦੀਆਂ ਚੋਣਾਂ ਦੇ ਮੱਦੇ ਨਜ਼ਰ ਦੇਸ਼ ਦੇ ਵਿੱਚ ਤੇ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਸਰਗਰਮੀ ਨਾਲ ਕੰਮ ਲਿਆ ਜਾ ਸਕਦਾ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਲੀਡਰਸ਼ਿਪ ਹੈ ਕਾਂਗਰਸ ਦੀ ਉਸ ਲੀਡਰਸ਼ਿਪ ਦਾ ਕਿਸੇ ਵੀ ਪਾਸੇ ਕੋਈ ਤੋੜ ਨਹੀਂ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲਤਾ ਸੀ ਇਹ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖੇਤ ਮਜ਼ਦੂਰ ਯੂਨੀਅਨਾਂ ਤੇ ਕਿਸਾਨ ਯੂਨੀਅਨਾਂ ਇਕੱਠੀਆਂ ਹੋਈਆਂ ਇਹ ਇੱਕ ਵੱਖਰੀ ਅਲੋਕਾਰੀ ਗੱਲ ਜ਼ਰੂਰ ਮੰਨੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਇੰਨੇ ਵੱਡੇ ਪੱਧਰ ਦੇ ਉੱਤੇ ਇਹ ਸੰਘਰਸ਼ ਨਹੀਂ ਸੀ ਛੜਿਆ ਪਰ ਡਰ ਜਿਹੜੀ ਗੱਲ ਦਾ ਸੀ ਉਹ ਡਰ ਫਿਰ ਮੂਰੇ ਆਉਣਾ ਸ਼ੁਰੂ ਹੋ ਗਿਆ ਅਸੀਂ ਤਿੰਨ ਚਾਰ ਦਿਨ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਹੈ ਕਿ ਇਸ ਸੰਘਰਸ਼ ਨੂੰ ਜੋਸ਼ ਦੇ ਨਾਲ ਨਾਲ ਹੋਸ਼ ਵਿੱਚ ਮਿਲਾ ਕੇ ਤੇ ਅੱਗੇ ਤੋਂ ਅੱਗੇ ਵਧਾਉਣਾ ਚਾਹੀਦਾ ਹੈ ਉਸ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਖਤਰਾ ਪੈਦਾ ਹੋਇਆ ਜਾਪਦਾ ਸੀ ਜਦੋਂ 25 ਤਰੀਕ ਨੂੰ ਪੰਜਾਬ ਬੰਦਰਾ ਸੱਦਾ ਸੀ 100 ਕ ਟਰੈਕਟਰ ਦੇ ਉੱਤੇ ਅਕਾਲੀ ਦਲ ਦੀਆਂ ਝੰਡੀਆਂ ਲੱਗੀਆਂ ਸੀ 100 ਕ ਟਰੈਕਟਰ ਦੇ ਉੱਤੇ ਆਮ ਆਦਮੀ ਪਾਰਟੀ ਕਾ ਨਿਕ ਵੀ ਸੀ 100 ਕ ਟਰੈਕਟਰਾਂ ਦੇ ਉੱਤੇ ਕਾਂਗਰਸ ਦੀਆਂ ਝੰਡੀਆਂ ਵੀ ਸੀ ਤੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਸੀ ਵੀ ਜੇਕਰ ਅਸੀਂ ਹਾਲੇ ਵੀ ਪਾਰਟੀਬਾਦੀ ਦੇ ਵਿੱਚ ਜਟੇ ਹੋਏ ਆ ਜੇਕਰ ਅਸੀਂ ਹਾਲੇ ਵੀ ਉਸ ਗੱਲ ਦੇ ਵਿੱਚੋਂ ਨਹੀਂ ਨਿਕਲਦੇ ਤਾਂ ਫਿਰ ਸੰਘਰਸ਼ ਕੀ ਦੇ ਖਿਲਾਫ ਕਰ ਰਹੇ ਆ ਅਸੀਂ ਇੱਕ ਪਾਸੇ ਦੋਸ਼ ਲਾਉਂਦੇ ਆ ਕਿ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਖਾ ਲਿਆ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਚੁਣਿਆ ਉਹਨਾਂ ਨੇ ਸਾਨੂੰ ਖਾ ਲਿਆ ਪਰ ਦੂਜੇ ਪਾਸੇ ਅਸੀਂ ਫੇਰ ਉਹੀ ਕੁਝ ਕਰ ਰਹੇ ਹਾਂ ਜਿਹੜੇ ਕੁਝ ਤੋਂ ਅਸੀਂ ਖੜਾ ਛਡਾਉਣਾ ਸੀ ਅਸੀਂ ਨਹੀਂ ਛਡਾ ਸਕੇ ਹੌਲੀ ਹੌਲੀ ਇਹ ਅੰਦੋਲਨ ਜਿਹੜਾ ਉਹ ਹੁਣ ਅਕਾਲੀ ਦਲ ਤੇ ਕਾਂਗਰਸ ਦਾ ਬਣ ਚੁੱਕਿਆ ਇਹਦੇ ਵਿੱਚ ਕੌਣ ਬਾਜ਼ੀ ਮਾਰੂਗਾ ਇਹ ਵਕਤ ਦੱਸੂਗਾ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਬੜੀ ਵੱਡੀ ਕੁਰਬਾਨੀ ਦਿੱਤੀ ਹੈ ਕਿਉਂਕਿ ਬੀਬੀ ਹਰਸਿਮਰਤ ਕੋਰ ਬਾਦਲ ਨੇ ਕੇਂਦਰ ਦੇ ਵਿੱਚੋਂ ਅਸਤੀਫਾ ਦਿੱਤਾ ਅਸੀਂ ਸਾਂਝ ਤੋੜ ਲਈ ਹੈ ਕਾਂਗਰਸ ਇਹ ਗੱਲ ਕਹਨੀ ਜੀ ਕਿ ਕੁਰਬਾਨੀ ਸਾਡੀ ਛੋਟੀ ਨਹੀਂ ਅਸੀਂ ਇਸ ਵਕਤ ਕਾਨੂੰਨ ਦਾ ਸਹਾਰਾ ਲੈਣਾ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਕਿ ਅਸੀਂ ਦੇਖਾਂਗੇ ਪੰਜੀ ਦਾ ਭੌਂਡ ਦਿਖਾ ਕੇ ਛੱਡਾਂਗੇ ਪਰ ਹੁਣ ਵਕਤ ਦੱਸੂਗਾ ਵੀ ਬਣਦਾ ਕੀ ਹੈ ਕਿਉਂਕਿ ਖੇਤੀ ਕਾਨੂੰਨ ਬਣ ਗਿਆ ਪੰਜਾਬ ਦੀ ਕਿਸਾਨੀ ਇਸ ਵਕਤ ਮਸੂਸੀ ਪਈ ਹੈ ਹਾਲਾਂਕਿ ਜਜ਼ਬੇ ਨੂੰ ਸੀ ਸਲਾਮ ਕਰਦੇ ਆ ਪਰ ਉਹ ਟਲੇ ਨਹੀਂ ਜਿਨ੍ਹਾਂ ਨੇ ਟਲਣਾ ਸੀ ਤੇ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਨ ਦੇ ਮੌਕੇ ਦੇ ਉੱਤੇ ਜੜੀਆਂ ਗੱਲਾਂ ਕਹੀਆਂ ਉਹਨਾਂ ਦੇ ਉੱਤੇ ਅਮਲ ਕਿਉਂ ਨਹੀਂ ਕਰਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਸ਼ਹੀਦ ਭਗਤ ਸਿੰਘ ਆ ਉਹਨੇ 23 ਸਾਲ ਦੀ ਉਮਰ ਦੇ ਵਿੱਚ ਗੋਰੀ ਹਕੂਮਤ ਨੂੰ ਪਛਾਣ ਤੱਕ ਦਾ ਉਹ ਲੋਕ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਸਾਨੂੰ ਵੀ ਭਾਰਤ ਦੀ ਇਸ ਧਰਤੀ ਨੂੰ ਛੱਡ ਕੇ ਜਾਣਾ ਪੈ ਸਕਦਾ ਹੈ ਸ਼ਹੀਦ ਭਗਤ ਸਿੰਘ ਤੇ ਉਹਨਾਂ ਵਰਗੇ ਹੋਰ ਜਾਂਬਾਜ਼ ਯੋਧਿਆਂ ਨੇ ਇਹ ਸਾਰਾ ਕੁਝ ਕਰ ਦਿਖਾਇਆ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਭਗਤ ਸਿੰਘ ਵਰਗੇ ਬਣਨ ਦੀ ਲੋੜ ਹੈ ਭਗਤ ਸਿੰਘ ਵਰਗਾ ਜਜ਼ਬਾ ਜੇਕਰ ਸਾਡੇ ਅੰਦਰ ਹੋਵੇ ਤਾਂ ਹਕੂਮਤਾਂ ਦੀ ਕੀ ਮਜਾਲ ਹੈ ਪਰ ਜਦੋਂ ਉਹ ਇਹ ਗੱਲਾਂ ਕਰ ਰਹੇ ਤੇ ਬਿਲਕੁਲ ਨਹੀਂ ਸੋਚਦੇ ਕਿ ਪੰਜਾਬੀਆਂ ਦੇ ਨਾਲ ਹੀ ਪੰਗਾ ਲਿਆ ਜਾ ਰਿਹਾ ਤੇ ਸ਼ਹੀਦ ਭਗਤ ਸਿੰਘ ਵੀ ਪੰਜਾਬੀ ਸੀ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਨਹੀਂ ਇਲਮ ਕਿ ਜਿਹੜੇ ਅੱਜ ਧਰਨਿਆਂ ਦੇ ਵਿੱਚ ਬੈਠੇ ਆ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਭਗਤ ਸਿੰਘ ਪੈਦਾ ਹੋਊਗਾ ਹਾਲਾਂਕਿ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਨਸ਼ਾ ਨੇ ਖਾ ਲਿਆ ਮਜਬੂਰੀਆਂ ਨੇ ਖਾ ਲਿਆ ਮਜਬੂਰੀ ਦੇ ਵਿੱਚ ਪ੍ਰਵਾਸ ਨੇ ਖਾ ਲਿਆ ਪਰ ਕੋਈ ਨਾ ਕੋਈ ਉੱਠੂਗਾ ਜਿਹੜਾ ਅਲਖ ਜਗਾਊਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਪੰਜਾਬੀ ਪੁਚਲਾਵੇ ਦੇ ਵਿੱਚ ਪਹਿਲਾਂ ਵੀ ਆਉਂਦੇ ਸੀ ਹੁਣ ਫੇਰ ਆ ਗਏ ਤੇ ਭਵਿੱਖ ਦੇ ਵਿੱਚ ਫੇਰ ਆਵਾਂਗੇ ਅਸੀਂ ਤਾਂ ਇਸ ਗੱਲ ਦੇ ਉੱਤੇ ਜ਼ੋਰਦਾਰ ਨਾਰੀ ਦੇ ਸਕਦੇ ਹਾਂ ਕਿ 2022 ਤੱਕ ਗੈਰਤ ਨੂੰ ਜਾਗਦੀ ਰੱਖਿਓ ਪਰ 2022 ਤਾਂ ਬੜੀ ਦੂਰ ਦੀ ਗੱਲ ਆ ਗੈਰਤ ਤਾਂ ਸਾਡੀ ਹੁਣੇ ਮੁਕੜੀ ਸ਼ੁਰੂ ਹੋ ਗਈ ਐ ਸੋ ਇੱਕ ਤਰਕੇ ਦੀ ਐ ਜੀ ਕਿ ਅਸੀਂ 2022 ਦੇ ਵਿੱਚ ਕਮਾਲ ਕਰਾਂਗੇ ਦੂਜੀ ਕਦੀ ਨਾ ਨਾ ਅਸੀਂ ਕਮਾਲ ਕਰਾਂਗੇ ਤੇ ਫਿਰ ਭਾਈ ਤੁਸੀਂ ਕਮਾਲ ਕਰ ਲੋ ਸਾਡਾ ਕੀ ਅਸੀਂ ਤਾਂ ਪਹਿਲਾਂ ਵੀ ਰੋਂਦੇ ਸੀ ਹੁਣ ਵੀ ਰੋਂਨੇ ਆ ਸੋ ਸਵਾਲਾਂ ਦਾ ਸਵਾਲ ਇਹ ਹੈ ਕਿ ਪੰਜਾਬ ਦੀ ਕਿਸਾਨੀ ਦਾ ਬਣੂਗਾ ਆਉਂਦੇ ਸਮੇਂ ਦੇ ਵਿੱਚ ਕੀ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ ਜਿਵੇਂ ਅਸੀਂ ਪਹਿਲਾਂ ਕਿਹਾ ਉਹ ਡਟੀਆਂ ਹੋਈਆਂ ਖੇਤ ਮਜ਼ਦੂਰ ਯੂਨੀਅਨਾਂ ਵੀ ਡਟੀਆਂ ਹੋਈਆਂ ਪਰ ਸਿੱਟਾ ਕੋਈ ਨਿਕਲਦਾ ਪ੍ਰਤੀਤ ਨਹੀਂ ਹੁੰਦਾ ਸਿੱਟੇ ਦੇ ਲਈ ਹੁਣ ਸਾਨੂੰ ਕੀ ਕਰਨਾ ਪਊਗਾ ਸੋਚਣਾ ਵਿਚਾਰਨਾ ਇਹ ਬਣਦਾ ਦੁਨੀਆ ਭਰ ਦੇ ਵਿੱਚੋ ਜਿਸ ਤਰੀਕੇ ਦੇ ਨਾਲ ਕਿਸਾਨ ਸੰਘਰਸ਼ ਨੂੰ ਹਮਾਇਤ ਮਿਲੀ ਹੈ ਪਰ ਜਿਸ ਤਰੀਕੇ ਦੇ ਨਾਲ ਕੇਂਦਰਵੀ ਸਰਕਾਰ ਦੇ ਵੱਲੋਂ ਵਿਧیکی ਕੀਤੀ ਗਈ ਹੈ ਧੱਕੇਸ਼ਾਹੀ ਕੀਤੀ ਗਈ ਹੈ ਉਸ ਤੋਂ ਬਾਅਦ ਪੰਜਾਬ ਦੀ ਭਾਜਪਾ ਦੇ ਲਈ ਬਹੁਤ ਵੱਡੀ ਚੁਣੌਤੀ ਪੈਦਾ ਹੋ ਰਹੀ ਹੈ ਉਹ ਚੁਣੌਤੀ ਕਿਵੇਂ ਪੈਦਾ ਹੋ ਰਹੀ ਹੈ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਵੋਟ ਬਹੁਤ ਵੱਡੇ ਪੱਧਰ ਦੇ ਉੱਤੇ ਆ ਭਾਜਪਾ ਹੁਣ ਤੱਕ ਸ਼ਹਿਰੀ ਖੇਤਰ ਦੀ ਵੋਟ ਹਾਸਲ ਕਰ ਲਈ ਸੀ ਪੇਡੂ ਖੇਤਰ ਦੀ ਅਕਾਲੀ ਦਲ ਦੇ ਵੱਲੋਂ ਵੋਟ ਲਈ ਜਾਂਦੀ ਹੈ ਹੁਣ ਜਦੋਂ ਸ਼ਹਿਰੀ ਖੇਤਰ ਦੀ ਵੋਟ ਵੀ ਬੀਜੇਪੀ ਤੋਂ ਅਲੱਗ ਹੈ ਕਿਉਂਕਿ ਇਸ ਵਕਤ ਕਾਰੋਬਾਰ ਠੱਪ ਪਏ ਆ ਤੇ ਬੀਜੇਪੀ ਦੇ ਉੱਤੇ ਭਰੋਸਾ ਨਹੀਂ ਕਾਰੋਬਾਰੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਉਤੋਂ ਕਿਸਾਨੀ ਦੇ ਨਾਲ ਪੰਗਾ ਲੈ ਲਿਆ ਸੋ ਜੇਕਰ ਅੱਜ ਵੀ ਤਰੀਕ ਦੇ ਵਿੱਚ ਭਾਜਪਾ ਦੇ ਨਾਲ ਕੋਈ ਵੀ ਪਾਰਟੀ ਗੱਠ ਜੋੜ ਕਰਦੀ ਪੰਜਾਬ ਦੇ ਵਿੱਚ ਇੰਉ ਲੱਗਦਾ ਵੀ ਉਹਦਾ ਵੀ ਪੱਠਾ ਵਹਿ ਜਾਣਾ ਇਸ ਕਰਕੇ ਬੀਜੇਪੀ ਦੇ ਮੂਰੇ ਬਹੁਤ ਵੱਡੀ ਚੁਣੌਤੀ ਹੈ ਬੇਸ਼ੱਕ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਇਹ ਗੱਲ ਕਹਿੰਦੀ ਹੈ ਕਿ ਜੀ ਅਸੀਂ ਕਮਾਲ ਕਰਕੇ ਦਿਖਾ ਦੇਾਂਗੇ 117 ਨਹੀਂ 117 ਸੀਟਾਂ ਦੇ ਉੱਤੇ ਉਮੀਦਵਾਰ ਖੜੇ ਕਰਾਂਗੇ ਉਮੀਦਵਾਰ ਖੜੇ ਕਰਨਾ ਇੱਕ ਵੱਖਰੀ ਗੱਲ ਹੈ ਤਾਂ ਨੂੰ ਮੈਂ ਆਪਣੀ ਪਾਰਟੀ ਬਣਾ ਕੇ 117 ਬੰਦੇ ਖੜੇ ਕਰ ਦਿਆਂ ਪੂਰੇ ਪੰਜਾਬ ਚੋਂ 117 ਬੰਦੇ ਲੱਭਨੇ ਆ ਪਰ ਉਹਨਾਂ ਸਾਰਿਆਂ ਨੂੰ ਵੋਟਾਂ 117 ਪਈ ਨਗਾਂ ਜਾਂ 1 ਲੱਖ 17 ਪਈ ਨਗਾਂ ਜਾਂ 1000 17 ਪਈ ਨਗਾਂ ਇਹਦੇ ਬਾਰੇ ਵਿੱਚ ਜਾਣਕਾਰੀ ਹੋਣੀ ਚਾਹੀਦੀ ਆ ਸੋ ਵਕਤ ਦੱਸੂਗਾ ਬੰਦੇ ਦਾ ਕੀ ਆ ਫਿਲਹਾਲ ਗੱਲ ਚਿੰਤਾਜਨਕ ਬਣੀ ਪਈ ਆ ਕਿ ਜਿਹੜੀ ਸੋਚ ਦੇ ਤਹਿਤ ਜਿਹੜੀ ਨਿਸ਼ਚੇ ਦੇ ਤਹਿਤ ਅਸੀਂ ਅੱਗੇ ਨੂੰ ਵਧੇ ਸੀ ਉਹ ਸੋਚ ਹੁਣ ਟੜਕਣੀ ਸ਼ੁਰੂ ਹੋ ਗਈ ਆ ਤੇ ਟੜਕਾਈ ਹੈਗੀ ਆ ਸਾਡੀਆਂ ਆਪਣੀਆਂ ਸੋਚਾਂ ਨੇ ਟੜਕਾਈ ਹੈਗੀ ਆ ਇਹ ਸੋਚ ਰਾਜਨੀਤਿਕ ਲੋਕਾਂ ਨੇਗਾ ਛੁਰਲੀਆਂ ਨੇ ਡਰਾਮੇ ਬਾਜ਼ੀਗਾ ਨੇ ਅਸੀਂ ਪੁਟੜਾਵੇ ਦੇ ਵਿੱਚ ਪਹਿਲਾਂ ਵੀ ਆਉਂਦੇ ਸੀ ਅਸੀਂ ਹੁਣ ਵੀ ਆਏ ਆ ਦਾਵੇ ਨਾਲ ਇਹ ਗੱਲ ਕਹਿਣਾ ਵੀ ਜਿਸ ਤਰੀਕੇ ਨਾਲ ਅਸੀਂ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਆ ਇਸ ਸੰਘਰਸ਼ ਨੂੰ ਤੋੜਨ ਦੇ ਲਈ ਸਿਰਫ ਤੇ ਸਿਰਫ ਇੱਕ ਨਿੱਕਾ ਮੋਟਾ ਲਾਲਚ ਹੀ ਬਹੁਤ ਹੈ ਕਿਸੇ ਇੱਕ ਨੇ ਲਾਲਚ ਸੁਟਤਾ ਅਸੀਂ ਕਵਾਂਗੇ ਜੀ ਅਸੀਂ ਤੇਰੇ ਮਗਰ ਆ ਹੁਣ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਤਾਂ ਗੱਲ ਕਹਿਣੀਆਂ ਕਿ ਅਸੀਂ ਜੀ ਆ ਧਰਨਾ ਲਾਵਾਂਗੇ ਅਸੀਂ ਉੱਥੇ ਧਰਨਾ ਲਾਵਾਂਗੇ ਅਸੀਂ ਲੰਮਾ ਸਮਾਂ ਧਰਨੇ ਚਲਾਵਾਂਗੇ ਉਹਨਾਂ ਨੇ ਧਰਨੇ ਲਾ ਲਾ ਕੇ ਆਪ ਜਉਂਦੇ ਰਹਿਣਾ ਕਿਸਾਨੀ ਨੂੰ ਜਉਂਦੇ ਨਹੀਂ ਰੱਖਣਾ ਤੇ ਅਸੀਂ ਕੰਮ ਕਾਜ ਛੱਡ ਕੇ ਉਧਰ ਨੂੰ ਤੁਰ ਪੈਣਾ ਸੋ ਸੋਚਣਾ ਵਿਚਾਰਨਾ ਸਿੱਖੋ ਦਾ ਆਪਣਾ ਸਵੈਚਿੰਤਨ ਕਰਨਾ ਅਤੀਤ ਦੇ ਵਿੱਚ ਜੋ ਸਾਡੇ ਨਾਲ ਹੋਇਆ ਵਾਪਰਿਆ ਕਿ ਉਹਦੇ ਨਾਲ ਸਾਡਾ ਕੋਈ ਲਾਭ ਹੋਇਆ ਇਹਦੇ ਬਾਰੇ ਅਸੀਂ ਖਿਆਲ ਕਰਨਾ ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਵੀ ਨਹੀਂ ਕਦੇ ਚਿੰਤਾ ਕੀਤੀ ਤੇ ਰਾਜਨੀਤਿਕ ਲੋਕਾਂ ਨੇ ਸਾਨੂੰ ਉਵੇਂ ਵਰਤਿਆ ਜਿਵੇਂ ਵੀ ਉਹਨਾਂ ਦਾ ਸੂਤ ਲੱਗਾ ਕੋਈ ਵੀ ਸੰਘਰਸ਼ ਚੱਲ ਰਿਹਾ ਹੋਵੇ ਰਾਜਨੀਤਿਕ ਲੋਕਾਂ ਨੇ ਕੋਈ ਨਾ ਕੋਈ ਛੁਰਲੀ ਇਹੋ ਜਿਹੀ ਛੜਣੀ ਹੁੰਦੀ ਹੈ ਇਹੋ ਜਿਹਾ ਡਰਾਮਾ ਕਰਨਾ ਹੁੰਦਾ ਹੈ ਵੀ ਮੀਡੀਆ ਦਾ ਸਾਰੇ ਦਾ ਧਿਆਨ ਉਹਨਾਂ ਦੇ ਵੱਲ ਖਿੱਚਿਆ ਜਾਵੇ ਹਾਲਾਂਕਿ ਨਤੀਜਾ ਕੀ ਨਿਕਲਦਾ ਉਹ ਸੰਘਰਸ਼ ਦਾ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਹ ਇੱਕ ਵਾਰ ਚਰਚਾ ਦੇ ਵਿੱਚ ਜ਼ਰੂਰ ਆਉਣਾ ਚਾਹੁੰਦੇ ਹੁੰਦੇ ਆ ਉਹ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਇਹੋ ਜਿਹੀ ਖੇਡ ਖੇਡਦੇ ਆ ਵੀ ਸਭ ਦਾ ਧਿਆਨ ਸਭ ਦੀ ਨਿਗਾ ਉਹਨਾਂ ਦੇ ਵੱਲ ਚਲੀ ਜਾਵੇ ਵੀ ਦੇਖੋ ਐਨੇ ਕਮਾਲ ਕਰਤੀ ਹੈ ਪਿਛਲੇ ਦਿਨੀ ਜਦੋਂ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਆਸ਼ੇ ਟਰੈਕਟਰ ਨੂੰ ਅੱਗ ਲਾਈ ਸੀ ਇੱਕ ਰਾਜਨੀਤਿਕ ਪਾਰਟੀ ਦੇ ਆਗੂ ਨੇ ਉਦੋਂ ਮੰਨ ਦੇ ਵਿੱਚ ਸਵਾਲ ਪੈਦਾ ਹੋਏ ਸੀ ਵੀ ਇਹ ਕਿਹੜੀ ਸੂਰਮਗਤੀ ਆ ਤੁਸੀਂ ਆਪਦੇ ਟਰੈਕਟਰ ਨੂੰ ਅੱਗ ਲਾਤੀ ਸੀ ਖਲਾਈ ਤੇ ਬਾਅਦ ਦੇ ਵਿੱਚ ਕੁਝ ਸੱਜਣਾ ਨੇ ਉਹਨੂੰ ਬੁਝਾਤਾ ਅੱਗ ਨੂੰ ਉਦੋਂ ਤੱਕ ਫੋਟੋਆਂ ਖਿੱਚੀਆਂ ਗਈਆਂ ਅਗਲੇ ਦਿਨ ਅਖਬਾਰਾਂ 'ਚ ਫੋਟੋਆਂ ਆਗਨਾ ਕਿ ਟਰੈਕਟਰ ਨੂੰ ਅੱਗ ਲਾ ਕੇ ਵਿਰੋਧ ਪ੍ਰਗਟਾਇਆ ਰੋਸ ਪ੍ਰਗਟਾਇਆ ਉਹਦੇ ਨਾਲ ਫਰਕ ਕੀ ਪਿਆ ਇੱਕ ਪੈਸੇ ਦਾ ਵੀ ਨਹੀਂ ਫਿਰ ਉਸ ਤੋਂ ਬਾਅਦ ਅਕਾਲੀ ਦਲ ਦੇ ਇੱਕ ਆਗੂ ਨੇ ਬਰਨਾਲੇ ਦੇ ਵਿੱਚ ਫੋਟ ਟਰੈਕਟਰ ਨੂੰ ਅੱਗ ਲਾਤੀ ਉਹ ਕਹਿੰਦਾ ਜੀ ਕਿ ਇਸ ਵਕਤ ਜੇਕਰ ਸਾਡੇ ਖੇਤ ਨਹੀਂ ਬਚੜੇ ਤਾਂ ਟਰੈਕਟਰ ਵੀ ਕੀ ਕਰਨੇ ਆ ਕੁਝ ਕੁ ਸਮੇਂ ਬਾਅਦ ਫਾਇਰ ਬਰਗੇਡ ਦੀ ਗੱਡੀ ਨੇ ਉਹਦੀ ਵੀ ਅੱਗ ਬੁਝਾਤੀ ਹੁਣ ਯੂਥ ਕਾਂਗਰਸ ਦੇ ਆਗੂਆਂ ਨੇ ਨਵਾਂ ਡਰਾਮਾ ਕਰਤਾ ਇਹਨਾਂ ਨੇ ਟਰੱਕ ਦੇ ਵਿੱਚ ਲੱਧਿਆ ਇੱਕ ਆਸ਼ਾ ਟਰੈਕਟਰ ਅਧੋ ਰਾਣਾ ਜਾ ਤੇ ਉਹ ਜਾ ਕੇ ਇੰਡੀਆ ਗੇਟ ਦੇ ਮੂਹਰੇ ਫੂਕਤਾ ਤੇ ਹੁਣ ਪੰਜ ਕਾਂਗਰਸੀਏ ਜਿਹੜੇ ਉਹ ਦਿੱਲੀ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਆ ਹੁਣ ਸੋਚਣਾ ਵਿਚਾਰਨਾ ਤਾਂ ਸਮਝਣਾ ਇਹ ਬਣਦਾ ਹੈ ਕਿ ਕੀ ਇਹ ਕਿਸਾਨ ਸੰਘਰਸ਼ ਦੀ ਸਫਲਤਾ ਦੇ ਲਈ ਪ੍ਰਤੀਕ ਆ ਕੀ ਇਹ ਸਿਰਫ ਤੇ ਸਿਰਫ ਆਪਣਾ ਡਰਾਮਾ ਕਰਕੇ ਇਹ ਸਾਰੀ ਖੇਡ ਜੀ ਖੇਡ ਕੇ ਤੇ ਸਾਰਾ ਸੇੜਾ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਜੇਕਰ ਤੁਸੀਂ ਟਰੈਕਟਰ ਫੂਕ ਦਿਓ ਤੁਸੀਂ ਮੋਟਰਸਾਈਕਲ ਫੂਕ ਦਿਓ ਤੁਸੀਂ ਟਰੱਕ ਨੂੰ ਅੱਗ ਲਾ ਦਿਓ ਤੁਸੀਂ ਆਪਦੀ ਬੱਸ ਸਾੜ ਲਓ ਉਹਦੇ ਨਾਲ ਇਸ ਸੰਘਰਸ਼ ਦਾ ਕੀ ਫਾਇਦਾ ਹੋਣਾ ਉਹਦੇ ਨਾਲ ਕੇਂਦਰ ਦੀ ਸਰਕਾਰ ਕਿੰਨੀ ਕ ਹਿੱਲੂਗੀ ਜਰਾ ਇਹ ਸੋਚ ਕੇ ਦੇਖੋ ਅਸੀਂ ਹਮੇਸ਼ਾ ਬੇਨਤੀ ਕੀਤੀ ਆ ਕਿ ਇਨ੍ਹਾਂ ਤਰੀਕਿਆਂ ਦੇ ਨਾਲ ਇਨ੍ਹਾਂ ਡਰਾਮਿਆਂ ਦੇ ਨਾਲ ਪਹਿਲੇ ਸਫੇ ਦੀ ਖਬਰਤਾ ਬਣ ਸਕਦੀ ਹੈ ਪਰ ਇਸ ਤੋਂ ਵੱਧ ਕੇ ਕੁਝ ਨਹੀਂ ਬਣਨਾ ਹੁਣ ਵੀ ਉਹੀ ਗੱਲ ਹੈ ਕਿ ਖਬਰਾਂ ਤਾਂ ਬਣ ਰਹੀਆਂ ਪਰ ਇਸ ਤੋਂ ਵੱਧ ਕੇ ਕੁਝ ਨਹੀਂ ਬਣਨਾਗਾ ਹੁਣ ਕੱਲ ਨੂੰ 10 ਟਰੈਕਟਰ ਹੋਰ ਫੂਕ ਦਿਓ 20 ਟਰੈਕਟਰ ਹੋਰ ਫੂਕ ਦਿਓ ਇਹਦੇ ਨਾਲ ਕੋਈ ਅੰਤਰ ਨਹੀਂ ਕੋਈ ਇਹਦੇ ਨਾਲ ਫਰਕ ਨਹੀਂ ਪੈਣਾਗਾ ਜੇਕਰ ਹਾਂ ਸੱਚੀ ਮੁੱਚੀ ਅਸੀਂ ਗੈਰਤਮੰਦ ਆ ਤਾਂ ਸਾਨੂੰ ਮਰਨ ਵਰਤਾ ਜਿਹੜਾ ਉਹ ਪਾਰਲੀਮੈਂਟ ਦੇ ਬੂਰੇ ਰੱਖ ਲੈਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚਾਹੀਦਾ ਉਹ ਆਪ ਵੀ ਮਰਨ ਵਰਤ ਤੇ ਬੈਣ ਨਾਲ ਸਾਰੀ ਲੀਡਰਸ਼ਿਪ ਪੰਜਾਬ ਦੇ ਵਿਧਾਇਕ ਪੰਜਾਬ ਦੇ ਮੈਂਬਰ ਪਾਰਲੀਮੈਂਟ ਪੰਜਾਬ ਦੇ ਮੰਤਰੀ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਨਾਲ ਲੈ ਜਾਣ ਉਹ ਮੋਦੀ ਸਾਹਿਬ ਦੇ ਘਰ ਦੇ ਮੂਹਰੇ ਬੈਠ ਉਧ ਤੋਂ ਬਾਅਦ ਸੁਖਬੀਰ ਸਿੰਘ ਬਾਦਲਾ ਜਿਹੜੇ ਉਹ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਤੇ ਮੋਦੀ ਸਾਹਿਬ ਦੇ ਘਰ ਦੇ ਮੂਹਰੇ ਮਰਨ ਵਰਤ ਤੇ ਬਹਿਣ ਆਮ ਆदमी ਪਾਰਟੀ ਨੂੰ ਵੀ ਇਹ ਚਾਹੀਦਾ ਬਾਕੀ ਪਾਰਟੀਆਂ ਨੂੰ ਵੀ ਇਹ ਚਾਹੀਦਾ ਕਿਉਂਕਿ ਇਸ ਵਕਤ ਆਮ ਲੋਕ ਤਾਂ ਸੰਘਰਸ਼ ਕਰ ਹੀ ਰਹੇ ਆ ਸੜਕਾਂ ਦੇ ਉੱਤੇ ਬਹਿ ਕੇ ਆਪਾਂ ਵੀ ਸੜਕਾਂ ਤੇ ਕਿਉਂ ਬਹਿਣਾ ਆਪਾਂ ਪਾਰਲੀਮੈਂਟ ਦੇ ਮੂਹਰੇ ਬੈਠੀਏ ਨਾਲੇ ਤਾਂ ਆਮ ਲੋਕਾਂ ਨੂੰ ਇਸ ਗੱਲ ਦੇ ਉੱਤੇ ਭਰੋਸਾ ਹੋਊਗਾ ਵੀ ਸਾਡੀ ਖਾਤਰ ਸਾਡੇ ਚੁਣੇ ਹੋਏ ਨੇਤਾ ਜਿਹੜੇ ਉਹ ਮਰਨ ਵਰਤ ਦੇ ਉੱਤੇ ਬੈਠੇ ਆ ਇਹ ਦੇਖੋ ਆਰ ਜਾਂ ਪਾਰ ਦੀ ਲੜਾਈ ਦੇ ਉੱਤੇ ਲੱਗ ਪਏ ਆ ਪਰ ਅਸੀਂ ਉਧਰ ਜਾਣ ਦੀ ਥਾਂ ਦੇ ਉੱਤੇ ਕਹਿ ਦਿੰਨੇ ਆ ਅਸੀਂ ਤਾਂ ਐਸ ਚੌਂਕ 'ਚ ਬੈਠਾਂਗੇ ਅਸੀਂ ਤਾਂ ਐਸ ਚੌਂਕ 'ਚ ਬੈਠਾਂਗੇ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਇਹ ਕੋਈ ਸਿੱਟੇ ਦੇ ਉੱਤੇ ਨਹੀਂ ਪਹੁੰਚਾ ਸਕਦਾ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਖੇਤੀ ਬਿੱਲਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਰਾਜਪਥ ਦੇ ਉੱਤੇ ਟਰੈਕਟਰ ਸੜੇ ਜਾਣ ਦੇ ਇਲਜ਼ਾਮ ਤਹਿਤ 5 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੰਜਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਸਬੰਧੀ ਟਵੀਟ ਕਰਦੇ ਕਿ ਆ ਟਰੱਕ ਦੇ ਵਿੱਚ ਟਰੈਕਟਰ ਲੱਦ ਕੇ ਪ੍ਰਦਰਸ਼ਨ ਤੋਂ ਪਾਬੰਦੀਸ਼ੁਦਾ ਖੇਤਰ ਦੇ ਵਿੱਚ ਅੱਗ ਲਾਉਣਾ ਕਾਂਗਰਸੀ ਵਰਕਰ ਕਿਸਾਨਾਂ ਨੂੰ ਕੀ ਸੰਦੇਸ਼ ਦੇ ਰਹੇ ਨੇ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜਾਨ ਦਿੱਤੀ ਇਹ ਕਿਸਾਨਾਂ ਦੀ ਆਜ਼ਾਦੀ ਦੇ ਵਿਰੋਧ ਦੇ ਵਿੱਚ ਹਿੰਸਾ ਕਰ ਰਹੇ ਨੇ ਜੋ ਕਿਸਾਨ ਤੇ ਭਗਤ ਸਿੰਘ ਦੋਹਾਂ ਦਾ ਅਪਮਾਨ ਹੈ ਦੂਜੇ ਪਾਸੇ ਇਹ ਵੀ ਰਸਲਾ ਬਣਦਾ ਹੈ ਕਿ ਬੀਜੇਪੀ ਦੇ ਪੰਜਾਬ ਦੇ ਆਗੂਆਂ ਨੂੰ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਤਿੰਨ ਬਿੱਲ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਵੱਲੋਂ ਵੀ ਮੋਹਰ ਲਾਉਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਗੁੱਸਾ ਸਤਵੀਂ ਸਮਾਨ ਦੇ ਉੱਤੇ ਆ। ਬੀਜੇਪੀ ਦੇ ਨੇਤਾਵਾਂ ਦੇ ਮਗਰ ਕਿਸਾਨ ਯੂਨੀਅਨਾਂ ਦੇ ਆਗੂ ਹੱਥ ਧੋਕੇ ਪਏ ਗਏ ਨੇ। ਅੱਜ ਨਾਬੇ ਦੇ ਵਿੱਚ ਵੀ ਇਹਦੀ ਤਸਵੀਰ ਦੇਖਣ ਨੂੰ ਮਿਲੀ ਹੈ। ਜਿੱਥੇ ਬੀਜੇਪੀ ਪੰਜਾਬ ਦੇ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਨਾਬਾਦੇ ਰੈਸਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਵੱਲੋਂ ਕਾਨਫਰੰਸ ਦੇ ਕਮਰੇ ਦੇ ਵਿੱਚ ਜਾ ਕੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਉਹ ਕਈ ਘੰਟੇ ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਦੇ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਇਸੇ ਤਰ੍ਹਾਂ ਭਾਜਪਾ ਨੇਤਾਵਾਂ ਦੇ ਖਿਲਾਫ ਨਾਰੇਬਾਜ਼ੀ ਤੇ ਘਰਾਓ ਕਰਦੇ ਰਹਾਂਗੇ ਇਸ ਮੌਕੇ ਭਾਜਪਾ ਕਾਰਜਕਾਰੀ ਦੇ ਮੈਂਬਰ ਨੇ ਇਹ ਗੱਲ ਕਹੀ ਕਿ ਇਹ ਜੋ ਕਾਨੂੰਨ ਬਣਾਇਆ ਗਿਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਕਿਸਾਨਾਂ ਨੇ ਇਹ ਬਿੱਲ ਪੜਿਆ ਨਹੀਂ ਤਾਂ ਕਰਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਉਹਨਾਂ ਨੂੰ ਗੱਠਜੋੜ ਟੁੱਟਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਗੱਲ ਮੰਨੀ ਕਿ ਇਹਦਾ ਸਾਨੂੰ ਨੁਕਸਾਨ ਹੋਵੇਗਾ ਇਸ ਮੌਕੇ ਦੇ ਉੱਤੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਨੂੰ ਸਬਕ ਸਿਖਾ ਕੇ ਛੱਡਾਂਗੇ ਪੰਜਾਬ ਦੇ ਵਿੱਚ ਭਾਜਪਾ ਦੇ ਜਿੱਥੇ ਵੀ ਆਗੂ ਆਉਣਗੇ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇਹਨਾਂ ਦੀ ਨੀਂਦ ਹਰਾਮ ਕਰ ਦੇਾਂਗੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਪੰਜਾਬ ਦੇ ਵਿੱਚ ਬੀਜੇਪੀ ਦੇ ਨੇਤਾ ਜਿਹੜੇ ਨੇ ਜੋ ਵੀ ਲੋਕਾਂ ਦੇ ਵਿੱਚ ਵਿਚਰਨਾ ਚਾਹਣਗੇ ਉਹਨਾਂ ਦੇ ਮੂਰੇ ਇੱਕ ਬਹੁਤ ਵੱਡੀ ਚੁਣੌਤੀ ਹੋਣੀ ਹੈ ਕਿਉਂਕਿ ਲੋਕਾਂ ਦਾ ਭਰੋਸਾ ਧੜਕਿਆ ਪਿਆ ਤੇ ਉਹ ਚਾਹੁੰਦੇ ਆ ਕਿ 117 ਦੀਆਂ 117 ਸੀਟਾਂ ਦੇ ਉੱਤੇ ਅਸੀਂ ਆਪਣੀ ਪੈਣਟ ਜਮਾ ਕੇ ਰੱਖੀਏ ਵਿੱਚੋਂ ਖਬਰਾਂ ਇਹ ਵੀ ਪ੍ਰਾਪਤ ਹੋ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠਜੋੜ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਬਸਪਾ ਦੇ ਨਾਲ ਵੀ ਹੋ ਜੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਵਿਧਾਨ ਸਭਾ ਖੇਤਰ ਇਹੋ ਜਿਹੇ ਆ ਜਿੱਥੇ 5000 ਤੋਂ ਲੈ ਕੇ 25000 ਤੱਕ ਵੋਟਾਂ ਜਿਹੜੀ ਉਹ ਬਸਪਾ ਦੇ ਹਿੱਸੇ ਦੇ ਵਿੱਚ ਆਉਂਦੀ ਹੈਗੀ ਆ ਪੈ ਜਾਂਦੀ ਉਹਨਾਂ ਦੇ ਉਮੀਦਵਾਰਾਂ ਨੂੰ ਸੋ ਇਸ ਕਰਕੇ ਅਕਾਲੀ ਦਲ ਦੀ ਕੋਸ਼ਿਸ਼ ਇਹ ਹੈ ਵੀ ਜਦੋਂ ਦੁਆਬਾ ਖਿੱਤੇ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪ੍ਰਭਾਵ ਹੈਗਾ ਦਲਿਤ ਭਾਈਚਾਰੇ ਦੀ ਵੋਟ ਦਾ ਇਸ ਕਰਕੇ ਸਾਨੂੰ बसपा ਦੇ ਨਾਲ ਹੁਣ ਸਮਝੌਤਾ ਕਰ ਲੈਣਾ ਚਾਹੀਦਾ ਕੀ ਹੋਇਆ ਭਾਜੀਪੀ ਨਾਲੋਂ ਟੁੱਟੀ ਆ ਆਪਾਂ ਹੁਣ बसपा ਦੇ ਵੱਲ ਚੱਲਦੇ ਆ ਬਾਕੀ ਵਕਤ ਦਸੂ ਰਾਜਨੀਤੀ ਦੇ ਵਿੱਚ ਬੜਾ ਕੁਝ ਹੁੰਦਾ ਪਰ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆ ਰਹੀਆਂ ਕੇ ਟਰੈਕਟਰ ਫੂਕ ਦਿਓ ਕਦੇ ਆ ਕਰ ਦਿਓ ਕਦੇ ਉਹ ਕਰ ਦਿਓ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਇਹਦੇ ਨਾਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਕੋਈ ਬਹੁਤਾ ਸਤਕਾਰ ਨਹੀਂ ਬਣਦਾ ਲੋਕ ਇਹ ਜਾਣਦੇ ਆ ਜੀ ਕਿ ਇਹ ਜੇਕਰ ਲੱਖ 2 ਲੱਖ ਰੁਪਏ ਦੇ ਟਰੈਕਟਰ ਨੂੰ ਅੱਗ ਲਾਉਂਦੇ ਆ ਇਹ ਖਬਰਾਂ ਦੇ ਲਈ ਲਾਉਂਦੇ ਆ ਇਹ ਆਪਣੀ ਰਾਜਨੀਤਿਕ ਚਰਚਾ ਦੇ ਲਈ ਲਾਉਂਦੇ ਆ ਇਹ ਪਾਰਟੀ ਲੀਡਰਸ਼ਿਪ ਦੀ ਨਜ਼ਰ ਦੇ ਵਿੱਚ ਆਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਕੋਈ ਕੁਰਬਾਨੀ ਨਹੀਂ ਆ ਤੁਸੀਂ ਆਪਦੇ ਮੋਟਰਸਾਈਕਲ ਨੂੰ ਤੁਰੇ ਜਾਂਦੇ ਨੂੰ ਅੱਗ ਲਾ ਦਿਓ ਇਹ ਕਿਹੜੀ ਕੁਰਬਾਨੀ ਆ ਇਹ ਕਿਹੜਾ ਕੋਈ ਕਾਨੂੰਨ ਖਤਮ ਕਰਨ ਵਾਲੀ ਗੱਲ ਆ ਜੇਕਰ ਤੁਹਾਡੇ ਕੋਲੇ ਪੈਸੇ ਹੈਗੇ ਆ 5-7 ਲੱਖ ਰੁਪਈਆ ਵਾਧੂ ਆ ਜਿਹੜਾ ਫੂਕਣਾ ਚਾਹੁੰਦੇ ਆ ਉਦੇ ਨਾਲ ਆਮ ਲੋਕਾਂ ਦੀ ਆਮ ਕਿਸਾਨਾਂ ਦੀ ਜਿਹੜੇ ਕਿ ਕਰਜ਼ੇ ਦੇ ਬੋਝ ਥੱਲੇ ਆ 8-10 ਦੀ 50-50000 ਰੁਪਈਆ ਦੇ ਕੇ ਮਦਦ ਕਰਦੇ ਹੋ ਉਹਨਾਂ ਦੇ ਅੰਦਰ ਜ਼ਿੰਦਗੀ ਜਿਉਣ ਦੀ ਇੱਛਾ ਪੈਦਾ ਹੋਊਗੀ ਇਦਾਂ ਨਾਲੇ ਤਾਂ ਉਹਨਾਂ ਦਾ ਪਨ ਲੱਗੂਗਾ ਤੇ ਨਾਲੇ ਤੁਹਾਨੂੰ ਆ ਟਕਵੰਜ ਨਹੀਂ ਰਚੜੇ ਪੈਣਗੇ ਇਸ ਕਰਕੇ ਜੇਕਰ ਆਪਾਂ ਸੱਚੇ ਦਿਲੋਂ ਸੰਘਰਸ਼ ਕਰੀਏ ਤਾਂ ਇਹਦਾਰੀਆਂ ਗੱਲਾਂ ਦੀ ਲੋੜ ਨਹੀਂ ਪੈਣੀ ਪਰ ਰੌਲਾ ਫੇਰ ਉੱਥੇ ਆ ਜਾਂਦਾ ਵੀ ਆਪਾਂ ਰਾਜਨੀਤੀ ਵੀ ਕਰਨੀ ਆ ਆਪਾਂ ਸਾਰੇ ਪੱਖ ਸੋਚਣੇ ਆ ਆਪਾਂ ਨੂੰ ਚੌਧਰ ਵੀ ਚਾਹੀਦੀ ਹੈ ਤੇ ਖਾਸ ਕਰਕੇ ਆਪਾਂ 2022 ਦੇ ਮੱਦੇ ਨਜ਼ਰ ਇਹ ਸਾਰਾ ਕੁਝ ਕਰਦੇ ਆ ਸੁਮੇਰ ਸੈਣੀ ਅੱਜ ਫੇਰ ਮੁਹਾਲੀ ਦੇ ਮਟੌਰ ਥਾਣੇ ਦੇ ਵਿੱਚ ਪੇਸ਼ ਹੋਏ ਐਸਆਈਟੀ ਦੇ ਮੂਰੇ ਇੱਥੇ ਕਈ ਘੰਟੇ ਉਹਨਾਂ ਨੂੰ ਸਵਾਲ ਕੀਤੇ ਗਏ ਉਹਨਾਂ ਨੇ ਉੱਤਰ ਦਿੱਤੇ ਆ ਉੱਤਰ ਕੀ ਦਿੱਤੇ ਆ ਸਵਾਲ ਕੀ ਪੁੱਛਿਆ ਇਹ ਆਉਂਦੇ ਸਮੇਂ ਦੇ ਵਿੱਚ ਪਤਾ ਲੱਗਣਾ ਪਰ ਬਿਲਕੁਲ ਗੱਡੀ ਅੰਦਰ ਗਈ ਉਹਨਾਂ ਦੀ ਅੰਦਰ ਛੱਟ ਕੇ ਆਈ ਤੇ ਜਦੋਂ ਬਾਹਰ ਨਿਕਲਣਾ ਸੀ 4:30 ਪੰਜ ਵਜੇ ਸ਼ਾਮ ਦੇ ਕਰੀਬ ਉਦੋਂ ਗੱਡੀ ਅੰਦਰੋਂ ਲੈ ਕੇ ਬਾਹਰ ਨਿਕਲੀ ਆ ਕਿਉਂਕਿ ਬਾਹਰ ਪੱਤਰ ਕਰਾਣਾ ਜਮਾਵੜਾ ਸੀ ਤੇ ਸੈਣੀ ਹੋਰੀ ਇਸ ਵਕਤ ਉੱਤਰ ਦੇਣ ਤੋਂ ਹਿਚਕ ਚਾਉਂਦੇ ਆ ਕਿਸੇ ਵੀ ਸਵਾਲ ਦਾ ਪਰ ਇੱਕ ਨਵੀਂ ਖਬਰ ਪ੍ਰਾਪਤ ਹੋਈ ਹੈ ਕਿ ਬਾਬਲ ਕਲਾਂ ਗੋਲੀकांड ਦੇ ਮਾਮਲੇ ਦੇ ਵਿੱਚ ਵੀ ਸੁਮੇਧ ਸੈਣੀ ਨੂੰ ਨਾਮਜ਼ਦ ਕਰ ਲਿਆ ਗਿਆ ਮੁਸ਼ਕਲ ਇੱਕ ਹੋਰ ਵਧੀ ਹੈ ਪਤਾ ਨਹੀਂ ਇਸ ਮੁਸ਼ਕਲ ਦਾ ਨਤਾਰਾ ਕਿਵੇਂ ਹੋਣਾ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ ਤੇ ਬਾਅਦ ਵਿੱਚ ਕਰਾਂਗੇ ਟੱਪੜੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮੁਸ਼ਕਲ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਬਾਬਲ ਕਲਾਂ ਗੋਲੀकांड ਦੀ ਜਾਂਚ ਕਰ ਰਹੀ ਐਸਆਈਟੀ ਨੇ ਉਦੋਂ ਦਾ ਡੀਜੀਪੀ ਸੁਮੇਰ ਸੈਣੀ ਤੇ ਮੁਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਹੈ ਦਰਅਸਲ 14 ਅਕਤੂਬਰ 2015 ਨੂੰ ਸ਼ਾਂਤਮਈ ਦਰਨੇ ਦੇ ਉੱਤੇ ਬੈਠੀਆਂ ਸੰਗਤਾਂ ਤੇ ਬਹਿਬਲ ਕਲਾਂ ਵਿਖੇ ਢਾਏ ਗਏ ਪੁਲਿਸੀਆ ਕੈਰ ਸਬੰਧੀ ਭਾਵੇਂ ਥਾਣਾ ਬਾਜਾਖਨੜੀ ਪੁਲਿਸ ਨੇ ਦਰਨਾਕਾਰੀਆਂ ਦੇ ਖਿਲਾਫ ਵਕ ਵਕ ਸੰਗੀਨ ਧਰਾਵਾ ਤਹਿਤ ਪਰਚਾ ਦਰਜ ਕਰ ਲਿਆ ਸੀ ਪਰ ਉਦੋਂ ਬਾਦਲ ਸਰਕਾਰ ਵੱਲੋਂ ਗਠਿਤ ਕੀਤੀ ਗਈ ADGP ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ SIT ਦੀ ਜਾਂਚ ਰਿਪੋਰਟ ਦੇ ਵਿੱਚ ਉਕਤ ਘਟਨਾ ਸੰਬੰਧੀ ਪੁਲਿਸ ਨੂੰ ਮਲਜ਼ਮ ਠਹਿਰਾਇਆ ਗਿਆ ਤਾਂ ਥਾਣਾ ਬਾਜਾਖਾਨਾ ਵਿਖੇ ਅਣਪਛਾਤੀ ਪੁਲਿਸ ਦੇ ਖਿਲਾਫ ਮੁਕੱਦਮਾ ਨੰਬਰ 130 ਵਕ ਵਕ ਧਰਾਵਾ ਦੇ ਤਹਿਤ ਦਰਜ ਕਰ ਲਿਆ ਗਿਆ ਸੀ ਹੁਣ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਨੰਬਰ 130 ਦੇ ਵਿੱਚ ਸਾਬਕਾ ਡੀਜੀਪੀ ਸੁਮੇਰ ਸੈਣੀ ਤੇ ਮੌਤਲ ਆਈਜੀ ਪਰਮਰਾਜ ਉਮਰਾਨੰਗਲ ਨੂੰ ਮੁਲਜ਼ਮ ਦੇ ਤੌਰ ਦੇ ਉੱਤੇ ਨਾਮਜ਼ਦ ਕੀਤਾ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਨੇ ਦੋਸਤੋ ਪਹਿਲੀ ਗੱਲਤਾ ਸੀ ਕਹਾਂਗੇ ਇਹ ਵਕਤ ਦੱਸੂਗਾ ਕਿ ਜੋ ਹੁਣ ਨਾਮਜ਼ਦ ਕੀਤਾ ਗਿਆ ਸੁਮੇਰ ਸੈਣੀ ਨੂੰ ਤੇ ਪਰਮਰਾਜ ਉਮਰਾਨੰਗਲ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਕਿਉਂਕਿ ਸੁਮੇਰ ਸੈਣੀ ਪਹਿਲੇ ਕੇਸਾਂ ਦੇ ਵਿੱਚ ਨਹੀਂ ਲੱਭਦੇ ਸੀ ਤੇ ਹੁਣ ਮਰਜ਼ੀ ਮਤਾ ਬਕਾਉਣੇ ਸ਼ੁਰੂ ਹੋਏ ਆ ਤੇ ਬਾਕੀ ਨਵੇਂ ਕੇਸ ਜਿਹੜੇ ਸ਼ੁਰੂ ਹੋਣਗੇ ਜਾਂ ਜਿਹੜੇ ਪਹਿਲਾਂ ਚੱਲ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਕਿੰਨਾ ਕੁ ਟੈਨਸ਼ਨ ਦੇ ਵਿੱਚ ਪੈ ਕੇ ਤੇ ਕਿਹੜੇ ਮਸਲੇ ਦੇ ਉੱਤੇ ਕਿਹੋ ਜਿਹਾ ਉੱਤਰ ਦੇਣਾ ਇਹ ਸਮੇਂ ਨੇ ਤੇ ਖਬਰਾਂ ਨੇ ਆਪ ਬਿਆਨ ਕਰਨਾ ਪਰ ਪੰਜਾਬ ਪੁਲਿਸ ਹੈਰਾਨ ਕਰਦੀਆਂ ਆਪਦੀਆਂ ਗੱਲਾਂ ਸਾਹਮਣੇ ਲੈ ਕੇ ਆਉਂਦੀ ਹੈ ਇਹੋ ਜਿਹੀਆਂ ਕਰਤੂਤਾਂ ਇਹੋ ਜਿਹੀਆਂ ਹਰਕਤਾਂ ਕਰਦੀ ਆ ਵੀ ਉਹਦੇ ਉੱਤੇ ਰਹਿ ਰਹਿ ਕੇ ਦੁੱਖ ਹੁੰਦਾ ਤੁਹਾਨੂੰ ਸਭ ਨੂੰ ਚੇਤੇ ਹੋਣਾ ਕਿ ਖੰਨੇ ਦੇ ਐਸਐਚਓ ਬਲਜਿੰਦਰ ਸਿੰਘ ਨੇ ਇੱਕ ਸਿੱਖ ਪਿਓ ਪੁੱਤ ਦੇ ਨਾਲ ਕਿਵੇਂ ਅਤਿਆਚਾਰ ਕੀਤਾ ਥਾਣੇ ਦੇ ਵਿੱਚ ਨਾਲ ਉਹਨਾਂ ਦੇ ਖੇਤ ਦੇ ਵਿੱਚ ਕੰਮ ਕਰਨ ਵਾਲਾ ਕਾਮਾ ਵੀ ਸੀ ਉਹਨਾਂ ਨੂੰ ਨੰਗੇ ਕਰਕੇ ਅਪ ਸ਼ਬਦਾਂ ਦੀ ਵਰਤੋਂ ਕੀਤੀ, ਕੁੱਟਮਾਰ ਕੀਤੀ, ਵੀਡੀਓ ਬਣਾਈ ਤੇ ਉਹਨੂੰ ਵਾਇਰਲ ਕਰਤਾ। ਉਸ ਤੋਂ ਬਾਅਦ ਕਈ ਮਨੁੱਖੀ ਅਧਿਕਾਰਾਂ ਦੇ ਨਾਲ ਜੁੜੀਆਂ ਜਿੱਥੇ ਬੰਦੀਆਂ ਆ, ਉਹਨਾਂ ਨੇ ਸੰਘਰਸ਼ ਕੀਤਾ ਤੇ ਐਸ ਐਚ ਓ ਬਲਵਿੰਦਰ ਸਿੰਘ ਨੂੰ ਲਾਹ ਦਿੱਤਾ ਗਿਆ, ਨੌਕਰੀ ਤੋਂ ਸਸਪੈਂਡ ਕਰਤਾ। ਉਹਦੇ ਉੱਤੇ ਪਰਚਾ ਦਰਜ ਕੀਤਾ ਗਿਆ। ਹੁਣ ਕਮਾਲ ਦੀ ਗੱਲ ਦੇਖੋ ਬਲਵਿੰਦਰ ਸਿੰਘ ਨੂੰ ਕਰੋਨਾ ਹੋ ਗਿਆ। ਕਰੋਨਾ ਤੋਂ ਬਾਅਦ ਉਹ ਤੰਦਰੁਸਤ ਵੀ ਹੋ ਗਿਆ। ਪਰ ਹੁਣ ਅਦਾਲਤ ਜਿਹੜੀ ਖੰਨੇ ਦੀ ਆ, ਉਹਦੇ ਵਿੱਚ ਕੇਸ ਦੀ ਸੁਣਵਾਈ ਹੋਣੀ ਸੀ। ਤੇ ਜਿਹੜੇ ਸੀਨੀਅਰ ਅਧਿਕਾਰੀ ਆ ਜਿਹੜੇ ਕਿ ਇਸ ਮਾਮਲੇ ਦੀ ਪੜਤਾਲ ਕਰਨ ਦੀ ਇੰਚਾਰਜ ਸਾਹਿਬ ਆ ਉਹਨਾਂ ਨੇ ਬਲਬੀ ਬਲਜਿੰਦਰ ਸਿੰਘ ਨੂੰ ਬਚਾਉਣ ਦੇ ਲਈ ਇੱਕ ਕੋਈ ਹੋਰ ਬਲਜਿੰਦਰ ਸਿੰਘ ਆ ਜਿਹੜਾ ਸੁਨਾਮ ਦਾ ਉਹਦਾ ਹਾਈ ਕੋਰਟ ਦਾ ਆਰਡਰ ਆ ਜਿਹੜਾ ਕਿ 28 ਸਤੰਬਰ ਤੱਕ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਨਾ ਭੇਜਿਆ ਜਾਵੇ ਉਹ ਹੀਟਲੀ ਅਦਾਲਤ ਦੇ ਵਿੱਚ ਖੰਨੇ ਵਾਲੀ ਅਦਾਲਤ ਦੇ ਵਿੱਚ ਪੇਸ਼ ਕਰਤਾ ਜੱਜ ਸਾਹਿਬ ਵੀ ਭਲੇਖਾ ਖਾ ਗਏ ਵੀ ਬਿਲਕੁਲ ਠੀਕ ਆ ਜਦੋਂ ਉੱਪਰਲੀ ਅਦਾਲਤ ਨੇ ਕਿਹਾ ਤੇ ਫਿਰ ਆਪਾਂ ਕੀ ਕਰ ਸਕਦੇ ਆ ਉਹ ਕਹਿੰਦੇ ਜੀ ਵੀ ਚਲੋ ਨਹੀਂ ਹਲੇ ਗ੍ਰਿਫਤਾਰੀ ਕਰਕੇ ਤੇ ਜੇਲ੍ਹ ਦੇ ਵਿੱਚ ਭੇਜਣਾ ਪਰ ਰਾਤ ਦੇ ਵੇਲੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਹੇਰਾਫੇਰੀ ਕੀਤੀ ਗਈ ਆ ਵੀਡੀਓ ਕਾਨਫਰੰਸ ਦੇ ਉੱਤੇ ਸਾਰੀਆਂ ਧਿਰਾਂ ਨੂੰ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਵਿੱਚੋ ਗੱਲ ਖੁੱਲੀ ਆ ਕਿ ਇਸ ਸਬਕਾ ਐਸਐਚਓ ਬਲਜਿੰਦਰ ਸਿੰਘ ਨੂੰ ਬਚਾਉਣ ਦੀ ਖਾਤਰ ਇੱਕ ਹੋਰ ਬਲਜਿੰਦਰ ਸਿੰਘ ਜਿਹਦੇ ਕੇ ਆਰਡਰ ਹੋਏ ਸੀ 28 ਤਰੀਕ ਤੱਕ ਉਹਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਉਦਾ ਆਰਡਰ ਪੇਸ਼ ਕਰਤਾ ਉਹਦੀ ਐਫ ਆਈ ਆਰ ਨੰਬਰ ਵੀ ਹੋਰ ਹੈ ਤਰੀਕ ਵੀ ਹੋਰ ਹੈ ਕੇਸ ਵੀ ਹੋਰ ਹੈ ਮਤਲਬ ਪੁਲਿਸ ਨੇ ਆਪਣੇ ਇੱਕ ਸੱਜਣ ਨੂੰ ਬਚਾਉਣ ਦੇ ਲਈ ਆ ਕੁਝ ਵੀ ਕੀਤਾ ਤੇ ਹੁਣ ਪਟਿਆਲੇ ਦੀ ਜੇਲ੍ਹ ਦੇ ਵਿੱਚ ਬਲਜਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਸਾਬਕਾ ਐਸ ਐਚਓ ਨੂੰ ਤੇ ਚਾਰ ਜਣਿਆਂ ਦੇ ਉੱਤੇ ਪਰਚਾ ਦਰਜ ਕਰਨ ਦੀ ਮੰਗਾ ਜਿਹੜੀ ਉਹ ਪੀੜਤ ਧਿਰ ਦੇ ਵਕੀਲ ਦੇ ਵੱਲੋਂ ਕੀਤੀ ਗਈ ਹੈ ਇਹੋ ਜੇ ਕੰਮ ਕਰਦੀ ਸਾਡੀ ਪੰਜਾਬ ਦੀ ਪੁਲਿਸ ਸਾਰੇ ਇੱਕੋ ਜਿਹੇ ਨਹੀਂ ਪਰ ਇਹੋ ਜੀਆਂ ਖਬਰਾਂ ਜਦੋਂ ਆਉਂਦੀਆਂ ਤਾਂ ਖਾਕੀ ਦੇ ਉੱਤੇ ਸਵਾਲ ਪੈਦਾ ਹੁੰਦੇ ਆ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਰੋਂ ਤਕਲੀ ਆਗੇ ਦਿਓ ਬਹੁਤ ਬਹੁਤ ਮਿਹਰਬਾਨੀ